ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਰੌਸ਼ਨੀਆਂ ਦਾ ਵਿਸ਼ਾ ਹੈ ਲੋਕ ਕੀ ਕਹਿਣਗੇ ਲੋਕ ਅਕਸਰ ਹੀ ਕੁਝ ਕਹਿੰਦੇ ਆ ਜੋ ਕਹਿਣ ਵਾਲਿਆਂ ਦੀ ਕਹਿਣ ਚ ਤੇ ਸੁਣਨ ਵਾਲਿਆਂ ਦੀ ਸੁਣਨ ਚ ਦਿਲਚਸਪੀ ਹੁੰਦੀ ਹੈ ਸਮਾਜ ਵਿੱਚ ਅਰਥਪੂਰਨ ਢੰਗ ਨਾਲ ਰਹਿਣ ਲਈ ਆਲੇ-ਦੁਆਲੇ ਦੇ ਲੋਕਾਂ ਬਾਰੇ ਜਾਣਕਾਰੀ ਚਾਹੀਦੀ ਹੁੰਦੀ ਹੈ ਜੋ ਅਸੀਂ ਕਹਿੰਦੇ ਸੁਣਦੇ ਆ ਉਹ ਜਾਣਕਾਰੀ ਹੀ ਹੁੰਦੀ ਹੈ ਜਿਹੜੀ ਕਿਸੇ ਨੂੰ ਮਿਲਣ ਤੇ ਕਿਸੇ ਤੀਜੇ ਬੰਦੇ ਬਾਰੇ ਸਾਂਝੀ ਕੀਤੀ ਜਾਂਦੀ ਹੈ ਸਾਹਿਤ ਤੇ ਫਿਲਮਾਂ ਆਦ ਨੂੰ ਅਸੀਂ ਹੋਰਾਂ ਦੀਆਂ ਸਮੱਸਿਆਵਾਂ ਜਾਣਨ ਲਈ ਪੜਦੇ ਵੇਖਦੇ ਹਾਂ। ਇਵੇਂ ਹਰ ਕੋਈ ਹੋਰਾਂ ਬਾਰੇ ਟਿੱਪਣੀਆਂ ਕਰਕੇ ਆਪਣੇ ਆਪ ਨੂੰ ਪ੍ਰਗਟਾਉਂਦਾ ਤੇ ਹੋਰਾਂ ਦਾ ਮੁਲਾਂਕਣ ਕਰਦਾ ਰਹਿੰਦਾ ਹੈ। ਹਰ ਕਿਸੇ ਨੂੰ ਕੋਈ ਨਾ ਕੋਈ ਨਾਪ ਤੋਲ ਰਿਆ ਹੁੰਦਾ ਹੈ। ਕਈਆਂ ਨੂੰ ਨਾਪਿਆ ਤੇ ਤੋਲਿਆ ਹੀ ਨਹੀਂ ਜਾਂਦਾ, ਧੋਤਾ ਤੇ ਨਚੋੜਿਆ ਵੀ ਜਾਂਦਾ ਹੈ। ਲੋਕਾਂ ਦੀਆਂ ਹੋਰਾਂ ਬਾਰੇ ਟਿੱਪਣੀਆਂ ਕਰਨ ਦੀ ਆਦਤ ਸਮਾਜ ਨੂੰ ਉਲਾਰ ਨਹੀਂ ਹੋਣ ਦਿੰਦੀ। ਜੇ ਲੋਕ ਕੁਝ ਨਾ ਕਹਿਣ ਤਾ ਹਰ ਕੋਈ ਨਾ ਕੇਵਲ ਮਨਮਾਨੀ ਕਰੇਗਾ ਸਗੋਂ ਹਾਸੋ ਹੀ ਨੇ ਢੰਗ ਨਾਲ ਵਿਚਰ ਕੇ ਸਮਾਜ ਤੇ ਜੀਵਨ ਦਾ ਸੰਤੁਲਨ ਵੀ ਵਿਗਾੜ ਦੇਗਾ ਲੋਕਾਂ ਦੀ ਕੁਝ ਕਹਿਣ ਦੀ ਆਦਤ ਬਹੁਤੀਆਂ ਹਾਲਤਾਂ ਚ ਇੱਕ ਗੁਣ ਸਾਬਤ ਹੁੰਦੀ ਹੈ ਇਸ ਨਾਲ ਬੰਦਿਆਂ ਵਿੱਚ ਲਈ ਟੇਢ ਨੂੰ ਸਿੱਧਾ ਕੀਤਾ ਜਾਂਦਾ ਜੇ ਪ੍ਰਜਾਤੰਤ੍ਰਿਕ ਸਮਾਜ ਵਿੱਚ ਰਹਿਣਾ ਤਾਂ ਸਮਾਜ ਦੇ ਨਿਯਮ ਮੰਨਣੇ ਪੈਣਗੇ ਜੇ ਅਧਿਕਾਰ ਮੰਨਣੇ ਆ ਤਾਂ ਕਰਤੱਵ ਪਾਲਣੇ ਪੈਣਗੇ ਨਹੀਂ ਤਾਂ ਤੁਹਾਡੇ ਬਾਰੇ ਬੜਾ ਕੁਝ ਕਿਹਾ ਸੁਣਿਆ ਤੇ ਸੁਣਾਇਆ ਜਾਏਗਾ ਅਸੀਂ ਅਕਸਰ ਕਟਨਾਵਾ ਨਹੀਂ ਸਿਰਜਦੇ ਉਹਨਾਂ ਬਾਰੇ ਆਪਣੇ ਪ੍ਰਤੀਕਰਮੀ ਪ੍ਰਗਟਾਉਂਦੇ ਆ ਕੀ ਕਿਹਾ ਜਾਂਦਾ ਇੱਕ ਪੱਖ ਹੈ ਕਿਵੇਂ ਕਿਹਾ ਜਾਂਦਾ ਬਧੇਰੇ ਮਹੱਤਵਪੂਰਨ ਪੱਖ ਹੁੰਦਾ ਜਦੋਂ ਕਿਸੇ ਨੂੰ ਕਿਸੇ ਦੀ ਪ੍ਰਸ਼ੰਸਾ ਨੂੰ ਲਮਕਾ ਕੇ ਕਿਹਾ ਜਾਏ ਉਹ અપਮਾਨ ਬਣ ਜਾਂਦੀ ਹੈ ਕਾਰਟੂਨ ਵੀ ਟਿੱਪਣੀ ਦਾ ਇੱਕ ਟੰਗ ਹੁੰਦਾ ਜੇ ਤੁਸੀਂ ਭੇਡ ਦਾ ਭਾਗ ਬਣੋਗੇ ਪਰੰਪਰਾ ਪਾਲੋਗੇ ਤਾਂ ਤੁਹਾਡੇ ਬਾਰੇ ਕੁਝ ਕਹਿਣ ਦੀ ਬਹੁਤੀ ਸੰਭਾਵਨਾ ਨਹੀਂ ਹੋਏਗੀ ਪਰ ਜਦੋਂ ਹੋਰਾਂ ਨਾਲੋਂ ਵੱਖਰੇ ਹੋਣ ਦਾ ਮਨਮਾਨੀ ਕਰਨ ਦਾ ਆਪਣੇ ਮਨਵਾਉਣ ਦਾ ਯਤਨ ਕਰੋਗੇ ਤਾਂ ਲੋਕ ਹੀ ਨਹੀਂ ਅਖਬਾਰ ਸਮਾਜਿਕ ਮੀਡੀਆ ਤੇ ਟੈਲੀਵਿਜ਼ਨ ਵੀ ਟਿੱਪਣੀ ਕਰਨਗੇ ਜਦੋਂ ਇੱਕ ਦੁੱਧ ਵੇਚਣ ਵਾਲਾ ਪੈਸੇ ਦੁੱਗਣੇ ਕਰਨ ਦੀਆਂ ਸਕੀਮਾਂ ਨਾਲ ਅਰਬਾਂ ਰੁਪਏ ਇਕੱਤਰ ਕਰਨ 'ਚ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ 'ਚ ਫੜਿਆ ਗਿਆ ਹਰ ਕੋਈ ਕਹਿ ਰਿਹਾ ਸੀ ਇਹ ਦੁੱਧ ਵੇਚਦਾ ਹੁੰਦਾ ਸੀ ਇਹ ਦਾ ਅਰਥ ਹੈ ਕਿ ਕਿਸੇ ਦੁੱਧ ਵੇਚਣ ਵਾਲੇ ਦਾ ਅਰਬਾਂ ਰੁਪਏ ਦਾ ਮਾਲਕ ਬਣਨਾ ਲੋਕਾਂ ਨੂੰ ਪਰਵਾਹ ਨਹੀਂ ਇਕ ਡੇਰੇ ਵਾਲੇ ਨੇ ਪਖੰਡ ਨਾਲ ਨਹੀਂ ਮੰਨਤਾ ਉਸਾਰ ਲਈ ਉਹ ਦੁੱਧ ਨਾਲ ਨਹਾਉਣ ਲੱਗ ਪਿਆ ਤੇ ਉਸ ਵਰਤੇ ਦੁੱਧ ਦੀ ਖੀਰ ਬਣਾ ਕੇ ਸ਼ਰਦਾਲੂਆਂ ਚ ਵੰਡੀ ਜਾਣ ਲੱਗ ਪਈ ਜਿਹੜੇ ਉਹਨੂੰ ਨਹੀਂ ਮੰਨਦੇ ਸੀ ਉਹਨਾਂ ਨੇ ਸ਼ਰਦਾਲੂਆਂ ਦਾ ਮੁਖੌਲ ਉਡਾਇਆ ਤੇ ਕਈ ਥਾਈਂ ਝੜਪਾਂ ਵੀ ਹੋਈਆਂ ਸਮਾਜ ਵਿੱਚ ਜੋ ਕੁਝ ਚੰਗਾ ਵਾਪਰਦਾ ਹੈ ਉਸ ਸੰਬੰਧੀ ਲੋਕ ਆਪਣਾ ਪ੍ਰਤੀਕਰਮ ਪ੍ਰਗਟਾਉਂਦੇ ਹੈ ਪਰਿਵਾਰਕ ਪੱਦਰ ਤੇ ਪਤੀ ਪਤਨੀ ਸੱਸ ਨੂੰ ਜੇਠਾਣੀ ਦਰਾਣੀ ਇੱਕ ਦੂਜੇ ਬਾਰੇ ਨੋਕਝੋਕ ਚੱਲਦੀ ਰਹਿੰਦੀ ਹੈ। ਸਥਿਤੀ ਉੱਤੇ ਦਿਲਚਸਪ ਹੋ ਜਾਂਦੀ ਹੈ ਜਦੋਂ ਕੋਈ ਕਿਸੇ ਨਾਲ ਵੀ ਨਹੀਂ ਰਹਿ ਸਕਦਾ ਤੇ ਉਸ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ। ਅਜਿਹੀ ਹਾਲਤ ਵਿੱਚ ਲਤੀਫੇ ਭਰੀ ਨੋਕਝੋਕ ਚੱਲਣੀ ਸੁਭਾਵਕ ਹੁੰਦੀ ਹੈ। ਭੋਜਨ ਤਾਂ ਹੀ ਪਰਸੰਤਾ ਦੇਵੇਗਾ ਜੇ ਭੁੱਖ ਲੱਗੀ ਹੋਵੇ। ਖਰਚਣਾ ਤਾਂ ਹੀ ਚੰਗਾ ਲੱਗੇਗਾ ਜੇ ਆਮਦਨ ਹੋਵੇ। ਦਵਾਈ ਤਾਂ ਹੀ ਪ੍ਰਵਾਨ ਹੋਏਗੀ ਜੇ ਰੋਗ ਹੋਵੇ। ਰਜਾਈ ਤਾਂ ਹੀ ਲਈ ਜਾਏਗੀ ਜੇ ਠੰਡ ਹੋਵੇ। ਯਾਰ ਤਾਂ ਹੀ ਬਰਦਾਸ਼ਤ ਹੋਏਗਾ ਜੇ ਪਤਨੀ ਪਤੀ ਵਿੱਚ ਘਾਰ ਹੋਵੇ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਤੇ ਨਿਰਭਰ ਕਰਦੀਆਂ ਜੁੜੀਆਂ ਹੋਈਆਂ ਟਿੱਪਣੀ ਅਕਸਰ ਬੇਮੇਲ ਤੇ ਅਟੁਕਵੇਂ ਵਿਹਾਰ ਤੇ ਕੀਤੀ ਜਾਂਦੀ ਹੈ ਕਿਸੇ ਦੇ ਭੋਗ ਤੇ ਕਿਸੇ ਇਸਤਰੀ ਨੇ ਜੇ ਢਕੀਲੇ ਕੱਪੜੇ ਪਾਏ ਹੋਣ ਤਾਂ ਸਾਰੇ ਕੁਝ ਕਹਿਣਗੇ ਜੇ ਪੁਰਸ਼ ਦਾ ਵਿਹਾਰ ਨਿਰਲਜ ਹੋਏਗਾ ਤੇ ਇਸਤਰੀਆਂ ਕੁਝ ਕਹਿਣ ਦੇ ਨਾਲ ਇਤਰਾਜ਼ ਵੀ ਕਰਨਗੀਆਂ ਸਾਡੇ ਸਮਾਜ 'ਚ ਇਸਤਰੀ ਨੂੰ ਵੇਖਿਆ ਵੀ ਵਧੇਰੇ ਜਾਂਦਾ ਹੈ ਤੇ ਉਸ ਬਾਰੇ ਕਿਹਾ ਵੀ ਵਧੇਰੇ ਜਾਂਦਾ ਹੈ ਕਹਿਣ ਵਾਲੇ ਵੀ ਵਧੇਰੇ ਹੁੰਦੇ ਆ ਤੇ ਕਹਿਣ ਯੋਗ ਵੀ ਵਧੇਰੇ ਹੁੰਦਾ ਹੈ ਕਿਸੇ ਸਮਾਗਮ ਤੇ ਫੈਸ਼ਨ ਵਾਲੀ ਇਸਤਰੀ ਇੱਕ ਦ੍ਰਿਸ਼ ਵਾਂਗ ਵੇਖੀ ਜਾਂਦੀ ਹੈ ਕੋਈ ਕੋਈ ਤਾਂ ਨਜ਼ਾਰਾ ਹੀ ਸਿਰਜ ਦਿੰਦੀ ਹੈ ਇਸਤਰੀ ਹਰ ਸਥਿਤੀ ਤੇ ਸਮਾਗਮ ਅਨੁਸਾਰ ਤਿਆਰ ਹੁੰਦੀ ਹੈ ਕਿਧਰੇ ਜਾਣ ਵੇਲੇ ਉਹਨੇ ਫੈਸਲਾ ਕਰਨਾ ਹੁੰਦਾ ਹੈ ਉਹਨੇ ਕਿੱਥੇ ਜਾਣਾ ਹੈ ਉਸ ਨਾਲ ਕਹਨੇ ਜਾਣਾ ਹੈ ਉਥੇ ਕਿੰਨੇ ਚਿਰ ਰਹਿਣਾ ਹੈ ਕਿੰਨੀ ਰੋਸ਼ਨੀ ਹੋਏਗੀ ਵੇਖਣ ਵਾਲੇ ਕਿੰਨੇ ਹੋਣਗੇ ਕੌਣ ਕੌਣ ਵੇਖਣਗੇ ਕਿਵੇਂ ਵੇਖਣਗੇ ਤੇ ਕੀ ਵੇਖਣਗੇ ਤੇ ਕੀ ਕਹਿਣਗੇ ਉਹ ਅਕਸਰ ਇਹ ਵੀ ਵਿਵਹਤਦੀ ਹੈ ਕਿ ਉਹ ਇਹ ਬਿਲਕੁਲ ਨਾ ਕਹਿਣ ਤੇ ਇਹ ਜ਼ਰੂਰ ਕਹਿਣ ਇਹਨਾਂ ਸਾਰੇ ਪੱਖਾਂ ਦਾ ਧਿਆਨ ਰੱਖ ਕੇ ਉਹ ਫੈਸਲਾ ਕਰਦੀ ਹੈ ਕਿ ਕੀ ਕਿ ਬਖਾਉਣਾ ਹੈ ਤੇ ਕਿਵੇਂ ਬਖਾਉਣਾ ਹੈ ਕਈਆਂ ਨੂੰ ਹਰ ਕਿਸੇ ਬਾਰੇ ਕੁਝ ਕਹਿਣ ਦੀ ਆਦਤ ਹੁੰਦੀ ਹੈ ਪੁਰਸ਼ਾਂ ਦੇ ਮੁਕਾਬਲੇ ਔਰਤ ਨੂੰ ਅਮੀਰੀ ਦਾ ਮਾਣ ਸੋਹਣੇ ਹੋਣ ਦਾ ਗੁਮਾਨ ਪਤੀ ਦੇ ਅਹੁਦੇ ਦਾ ਬਹਿਮਾਨ ਵਧੇਰੇ ਹੁੰਦਾ ਹੈ ਅਜਿਹੀ ਔਰਤ ਜਦੋਂ ਕਿਸੇ ਬਾਰੇ ਟਿੱਪਣੀ ਕਰਦੀ ਹੈ ਤਾਂ ਉਹਨੂੰ ਨੀਮਾ ਬਖਾਉਣ ਲਈ ਹੀ ਕਰਦੀ ਹੈ ਸਭ ਤੋਂ ਦਿਲਚਸਪ ਟਿੱਪਣੀਆਂ ਸੱਸ ਨੂੰਹ ਦੀਆਂ ਹੁੰਦੀਆਂ ਸੱਸ ਨੂੰ ਦੱਸੋ ਤੇਰੀ ਨੂੰਹ ਐਵੇਂ ਕਹਿੰਦੀ ਸੀ ਫਿਰ ਸੱਸ ਨੂੰ ਸੁਣਾ ਇੱਕ ਦੁਕਾਨਦਾਰ ਨੂੰ ਦੂਜੇ ਦੁਕਾਨਦਾਰ ਬਾਰੇ ਪੁੱਛੋ ਇੱਕ ਆਗੂ ਨੂੰ ਦੂਜੇ ਆਗੂ ਦੀ ਯੋਗਤਾ ਬਾਰੇ ਪੁੱਛੋ ਸਾਰਾ ਨਿੰਦਾ ਪ੍ਰਾਣ ਸੁਣਨਾ ਪਵੇਗਾ ਦੂਜਿਆਂ ਬਾਰੇ ਕੁਝ ਕਹਿਣ ਦੀ ਆਦਤ ਵਿਸ਼ਵ ਵਿਆਪੀ ਹੈ ਗਰੀਬ ਸਮਾਜਾਂ ਵਿੱਚ ਵੀ ਇਹ ਪ੍ਰਵਿਰਤੀ ਵਧੇਰੀ ਹੈ ਅਮੀਰ ਸਮਾਜਾਂ 'ਚ ਕੇਵਲ ਸ਼ਬਦ ਹੀ ਨਹੀਂ ਵਰਤੇ ਜਾਂਦੇ ਹੋਰ ਵੀ ਕਈ ਢੰਗ ਵਰਤੇ ਜਾਂਦੇ ਆ ਜਿਵੇਂ ਕਿਸੇ ਨੂੰ ਉਡੀਕ ਕਰਵਾ ਕੇ ਜਾਂ ਕਿਸੇ ਨੂੰ ਨਜ਼ਰ ਅੰਦਾਜ਼ ਕਰਕੇ ਬੇਇਜ਼ਤੀ ਕੀਤੀ ਜਾਂਦੀ ਹੈ ਕਿਸੇ ਨੂੰ ਮੂਰਖ ਸਿੱਧ ਕਰਨ ਦਾ ਉਦੇਸ਼ ਆਪਣੇ ਆਪ ਨੂੰ ਅਕਸਰ ਸਿਆਣਾ ਸਿੱਧ ਕਰਨਾ ਹੁੰਦਾ ਹੈ ਪਰ ਅਕਸਰ ਦੂਜਾ ਤਾਂ ਮੂਰਖ ਸਿੱਧ ਹੋ ਜਾਂਦਾ ਹੈ ਪਰ ਕਹਿਣ ਵਾਲਾ ਸਿਆਣਾ ਸਿੱਧ ਨਹੀਂ ਹੁੰਦਾ ਹਰ ਕਿਸੇ ਦੀ ਆਪਣੇ ਬਾਰੇ رائے ਤੇ ਉਸ ਬਾਰੇ ਹੋਰਾਂ ਦੀ رائے ਵਿਚ بڑا ਅੰਤਰ ਹੁੰਦਾ ਹੈ ਵਿਰੋਧੀ ਧਿਰ ਨੇ ਹਾਕਮ ਧਿਰ 'ਚ ਨੁਕਸ ਕੱਢਣਾ ਹੀ ਹੁੰਦੇ ਐ ਸਮਾਜਵਾਦੀਆਂ ਨੇ ਪੂੰਜੀਵਾਦੀ ਪਰ ਨਹੀਂ ਹੁੰਦੇ ਐ ਇਸਤਰੀਆਂ ਨੇ ਪੁਰਸ਼ ਕੋਸਣੇ ਹੀ ਹੁੰਦੇ ਐ ਚੋਣਾਂ ਵਿੱਚ ਲੋਕ ਪਾਰਟੀ ਤੇ ਉਮੀਦਵਾਰ ਬਾਰੇ ਆਪਣੀ رائے ਪ੍ਰਗਟਾਉਂਦੇ ਐ ਜਦੋਂ ਭਾਰਤੀ ਫੌਜ ਦਾ ਇੱਕ ਸੇਵਾਮੁਕਤ ਜਰਨਲ ਵਿਧਾਨ ਸਭਾ ਦੀ ਹਾਕਮ ਪਾਰਟੀ ਦੇ ਉਮੀਦਵਾਰ ਵੱਜੋਂ ਚੋਣ ਲੜਿਆ ਤੋ ਉਹਦਾ ਵਿਚਾਰ ਸੀ ਵੀ ਲੋਕ ਵੋਟ ਪਾਉਣ ਦੇ ਨਾਲ ਨਾਲ ਸਲੂਟ ਵੀ ਮਾਰਨਗੇ ਪਰ ਉਹਦੀ ਜ਼ਮਾਨਤ ਹੀ ਜ਼ਬਤ ਹੋ ਗਈ ਲੋਕਾਂ ਨੇ ਉਹਦਾ ਨਾਂ ਜ਼ਮਾਨਤ ਜ਼ਬਤ ਜਰਨਲ ਪਾ ਦਿੱਤਾ ਇਵੇਂ ਇੱਕ ਵੱਡੇ ਪੁਲਿਸ ਅਧਿਕਾਰੀ ਨੂੰ ਇੱਕ ਸਧਾਰਨ ਲੋਕ ਗਾਇਕ ਨੇ ਹਰਾ ਦਿੱਤਾ ਪੁਲਿਸ ਅਧਿਕਾਰੀ ਦੇ ਆਪਣੇ ਹਰਮਨ ਪਿਆਰੇ ਹੋਣ ਦਾ ਭਰਮ ਤੋੜ ਦਿੱਤਾ ਕਿਉਂਕਿ ਲੋਕਾਂ ਨੂੰ ਤਾਂ ਮੁਸ਼ਕਿਲ ਨਾਲ ਉਹ ਦੇਖੋ ਮਠੱਪਣ ਦਾ ਮੌਕਾ ਮਿਲਿਆ ਸੀ ਸਮਾਜ ਦੇ ਲਗਭਗ ਹਰੇਕ ਵਰਗ ਤੇ ਹਰੇਕ ਜਾਤ ਬਾਰੇ ਬਹੁ ਗਿਣਤੀ ਲੋਕਾਂ ਦੀ رائے ਪਹਿਲਾਂ ਹੀ ਸਥਾਪਿਤ ਹੋਈ ਹੁੰਦੀ ਹੈ ਜਿਹਨੂੰ ਅਕਸਰ ਦੁਹਰਾਇਆ ਹੀ ਜਾਂਦਾ ਹੈ ਔਰਤਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਤਾਂ ਐਵੇਂ ਹੀ ਕਰਦੀਆਂ ਪੁਰਸ਼ਾਂ ਬਾਰੇ ਔਰਤਾਂ ਅਕਸਰ ਹੀ ਕਹਿੰਦੀਆਂ ਵੀ ਇਹ ਤਾਂ ਇਹੋ ਜਿਹੀ ਹੁੰਦੇ ਆ ਦੱਖਣੀ ਭਾਰਤ ਦੇ ਲੋਕਾਂ ਬਾਰੇ ਉੱਤਰੀ ਭਾਰਤ ਦੇ ਲੋਕਾਂ ਭਾਰਤੀਆਂ ਬਾਰੇ ਪਾਕਿਸਤਾਨੀਆਂ ਸ਼ਹਿਰੀਆਂ ਬਾਰੇ ਪਿੰਡੂਆਂ ਦੀਆਂ ਟਿੱਪਣੀਆਂ ਸਾਡੀ ਬੋਲ ਚੱਲਦਾ ਹਿੱਸਾ ਹੀ ਬਣ ਗਈਆਂ ਹਨ ਧਰਮ ਦੀ ਹੁਣ ਪੁਰਾਣੇ ਵੇਲੇ ਵਾਲੀ ਤਰਵਾਸ ਨਹੀਂ ਰਹੀ ਇਸ ਕਾਰਨ ਧਰਮ ਦਾ ਸੁਖ ਮੁਕਤਾ ਜਾ ਰਿਹਾ ਹੈ ਇਸ ਕਾਰਨ ਧਰਮ ਬਾਰੇ ਲੋਕ ਜੋ ਕਹਿੰਦੇ ਉਸ ਤੋਂ ਨਿਰਾਸ਼ਾਵਾਦੀ ਪ੍ਰਗਟ ਹੁੰਦਾ ਹੈ ਵੱਖ-ਵੱਖ ਕਾਰਨਾ ਕਰਕੇ ਸਮਾਜ ਵਿੱਚ ਉਪਜੇ ਨਿਰਾਸ਼ਾਵਾਦ ਕਾਰਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਨਿਰਸੰਦੇ ਆਤਮਕਾਤ ਕਰਨ ਵਾਲਾ ਸਮਾਜ ਤੇ ਸਰਕਾਰ ਵਿੱਚਲੇ ਲੋਕਾਂ ਦੇ ਵਿਹਾਰ ਬਾਰੇ ਠੋਸ ਟਿੱਪਣੀ ਕਰਕੇ ਇਸ ਸੰਸਾਰ ਨੂੰ ਤਿਆਗਦਾ ਹੈ ਅਜੇ ਤੱਕ ਕਿਸਾਨ ਹੀ ਆਤਮਕਾਤ ਕਰ ਰਹੀ ਹੈ ਤੇ ਜੇ ਜੀਵਨ ਚ ਟੈਂਦੀ ਕਲਾ ਹੋਰ ਸੰਗਣੀ ਤੇ ਡੂੰਗੀ ਹੁੰਦੀ ਗਈ ਤਾਂ ਹੌਲੀ-ਹੌਲੀ ਹਰ ਵਰਗ ਵੀ ਇਹ ਟੰਗ ਅਪਣਾਉਣ ਲੱਗ ਪੈਣਗੇ ਸਮਾਜ ਬਾਰੇ ਲੋਕ ਤੇਜ਼ਾਬੀ ਗੱਲਾਂ ਕਹਿਣ ਲੱਗ ਪਏ ਹਨ ਯੂਰਪ ਵਿੱਚ ਕੋਈ ਪਰਵਾਹ ਨਹੀਂ ਕਰਦਾ ਕਿ ਲੋਕ ਕੀ ਕਹਿੰਦੇ ਆ ਉਹਨਾਂ ਲਈ ਮਹੱਤਵਪੂਰਨ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ 19ਵੀਂ ਸਦੀ ਦੇ ਅੱਧ ਵਿੱਚ ਯੂਰਪ ਦੇ ਇੱਕ ਦੇਸ਼ ਵਿੱਚ ਵਿਕਸ ਨਾਂ ਦੇ ਨੌਕਰੀ ਕਰਦੇ ਵਿਅਕਤੀ ਨੇ ਉਹਦੀ ਪਤਨੀ ਨਾਲ ਨਜਾਇਜ਼ ਸਬੰਧ ਬਣਾਉਣ ਕਾਰਨ ਮਾਲਕ ਦਾ ਕਤਲ ਕਰਨ ਦੀ ਸਜ਼ਾ ਵਜੋਂ ਸ਼ਹਿਰ ਦੇ ਚੌਰਾਹੇ 'ਚ ਫਾਂਸੀ ਲਾਈ ਜਾਣੀ ਸੀ ਵਿਕਸ ਚਾਹੁੰਦਾ ਸੀ ਲੋਕ ਉਸ ਬਾਰੇ ਚੰਗਾ ਸੋਚਣ ਉਹ ਬੜੇ ਸ਼ਾਂਤਮਨ ਨਾਲ ਇੱਕ ਸੰਤ ਵਾਂਗ ਸ਼ਹੀਦ ਹੋਣਾ ਚਾਹੁੰਦਾ ਸੀ ਉਹ ਬੜੇ ਸਲੀਕੇ ਨਾਲ ਤਿਆਰ ਹੋਇਆ ਜਦੋਂ ਉਹਨੂੰ ਜਲੂਸ ਦੀ ਸ਼ਕਲ 'ਚ ਲਿਜਾਇਆ ਜਾ ਰਿਹਾ ਸੀ ਤਾਂ ਉਹਨੇ ਆਏ ਲੋਕਾਂ ਦਾ ਮੁਸਕਰਾਟ ਨਾਲ ਸਵਾਗਤ ਕੀਤਾ ਫਾਂਸੀ ਦੇ ਤਖਤੇ ਤੇ ਖਲੋ ਕੇ ਫੰਦਾ ਗਲਚ ਪਵਾ ਕੇ ਦੋ ਵਾਰੀ ਉਹਨੇ ਝੁੱਕ ਕੇ ਢੀੜ ਨੂੰ ਸਲਾਮ ਕੀਤੀ ਤੇ ਸਾਰੀ ਢੀੜ ਨੇ ਤਾੜੀਆਂ ਨਾਲ ਜਵਾਬ ਦਿੱਤਾ ਲੋਕ ਉਹਦੇ ਜਰਮ ਨੂੰ ਭੁੱਲ ਗਏ ਸੀ ਉਹਦੇ ਸ਼ਾਹਾਨਾ ਵਿਹਾਰ ਦੀ ਪ੍ਰਸ਼ੰਸਾ ਕਰ ਰਹੇ ਸਨ ਇਵੇਂ 19ਵੀਂ ਸਦੀ ਦੇ ਜਰਮਨ ਬਾਗੀ ਤੇ ਜਦੋਂ ਮੁਕੱਦਮਾ ਚਲਾਇਆ ਜਾ ਰਿਹਾ ਸੀ ਉਨੇ ਅਦਾਲਤ ਵਿੱਚ ਰੋਸ ਪ੍ਰਗਟਾਇਆ ਕਿ ਉਹਨੂੰ ਪੈਨਣ ਲਈ ਉਹਦੀ ਪਸੰਦ ਦਾ ਤੇ ਉਹਦੇ ਰੁਤਬੇ ਦੀ ਪੱਧਰ ਦਾ ਟੁਕਮਾਂ ਲਿਬਾਸ ਨਹੀਂ ਦਿੱਤਾ ਗਿਆ। ਫਾਂਸੀ ਲੱਗਣ ਵੇਲੇ ਉਹਨੇ ਰੋਸ ਪ੍ਰਗਟਾਇਆ ਕਿ ਉਹਨੂੰ ਤਿਆਰ ਨਹੀਂ ਹੋਣ ਦਿੱਤਾ ਗਿਆ। ਇਵੇਂ ਜਰਮਨੀ 'ਚ ਆਪਣੀ ਪ੍ਰੇਮਿਕਾ ਨੂੰ ਬੇਵਫਾਈ ਕਾਰਨ ਕਤਲ ਦੇ ਦੋਸ਼ ਵਿੱਚ ਪ੍ਰੇਮੀ ਨੂੰ ਫਾਂਸੀ ਲੱਗਣ ਦੀ ਉਦਾਸੀ ਪਰੇਸ਼ਾਨੀ ਨਹੀਂ ਸੀ। ਉਹ ਕਿੰਨੇ ਦਿਨਾਂ ਤੋਂ ਰਵਾਇਤ ਅਨੁਸਾਰ ਫਾਂਸੀ ਦੇ ਤਖਤੇ ਤੋਂ ਦਿੱਤਾ ਜਾਣ ਵਾਲਾ ਆਪਣਾ ਭਾਸ਼ਣ ਤਿਆਰ ਕਰਦਾ ਰਿਹਾ ਸੀ ਜਿਸ ਨਾਲ ਉਹ ਯਾਦਗਾਰੀ ਪ੍ਰਭਾਵ ਛੱਡਣਾ ਚਾਹੁੰਦਾ ਸੀ ਭਗਤ ਸਿੰਘ ਨੇ ਵੀ ਆਪਣੇ ਤੇ ਚੱਲੇ ਇੱਕ ਅਧਿਕਾਰੀ ਦੇ ਕਤਲ ਦੇ ਮਕਦਮੇ ਨੂੰ ਇਸ ਢੰਗ ਨਾਲ ਵਰਤਿਆ ਕਿ ਉਹ ਮੁਜਰਮ ਨਹੀਂ ਦੇਸ਼ ਦੇ ਮਹਾਨ ਸ਼ਹੀਦ ਵਜੋਂ ਪ੍ਰਸਿੱਧ ਹੋਇਆ ਸੀ ਪੰਜਾਬ ਚ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਨੂੰ ਪੰਜਾਬ ਚ ਮਿਲਾਉਣ ਦੀ ਮੰਗ ਲੈ ਕੇ ਮਰਨ ਵਰਤ ਰੱਖਣ ਦਾ ਪ੍ਰਣ ਕੀਤਾ ਸੀ ਉਸ ਤੋਂ ਪਹਿਲਾਂ ਕਈ ਆਗੂ ਵਰਤ ਤੇ ਬੈਠ ਕੇ ਵਰਤ ਤੋੜਦੇ ਰਹੇ ਸੀ ਫੇਰੂਮਾਨ ਦੱਸਣਾ ਚਾਹੁੰਦਾ ਸੀ ਕਿ ਅਰਦਾਸ ਕਰਨ ਉਪਰੰਤ ਸਿੱਖ ਦਾ ਪ੍ਰਾਣ ਕੀ ਹੁੰਦਾ ਹੈ ਮਰਨ ਵਰਤ ਕਰਨ ਲੋਕ ਫੇਰੂਮਾਨ ਦੇ ਪ੍ਰਸ਼ੰਸਕ ਬਣਦੇ ਜਾ ਰਹੇ ਸਨ ਪੰਜਾਬ ਉੱਤੇ ਸੰਕਟ ਦੇ ਬੱਦਲ ਛਾ ਰਹੇ ਸਨ ਇੰਦਰਾ ਗਾਂਧੀ ਨੇ ਗੁਰਮukh ਸਿੰਘ ਮੁਸਾਫਰ ਨੂੰ ਆਪਣੇ ਮਿੱਤਰ ਫੇਰੂਮਾਨ ਨੂੰ ਵਰਤ ਤਿਆਗਣ ਲਈ ਮਨਾਉਣ ਵਾਸਤੇ ਭੇਜਿਆ ਫੇਰੂਮਾਨ ਨੇ ਮੁਸਾਫਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਉਹਦੇ ਮਿੱਤਰ ਮੁਸਾਫਰ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਾਏ ਮਸਾਫਰ ਨੇ ਮਗਰੋਂ ਇੱਕ ਮੁਲਾਕਾਤ ਚ ਦੱਸਿਆ ਕਿ ਵਰਤ ਰੱਖਣ ਵੇਲੇ ਵੀ ਮੈਂ ਫੈਰੂਮਾਨ ਦੀਆਂ ਅੱਖਾਂ ਵਿੱਚੋਂ ਉਹਦੀ ਦ੍ਰਿੜਤਾ ਪਾਪ ਲਈ ਸੀ ਜਾਣ ਲਿਆ ਸੀ ਕਿ ਮੇਰੇ ਇਸ ਮਿੱਤਰ ਨੇ ਮਰ ਜਾਣਾ ਹੈ ਆਪਣੇ ਸਿੱਦਕ ਸਿਰੜ ਤੇ ਦ੍ਰਿੜਤਾ ਕਾਰਨ ਫੈਰੂਮਾਨ ਨੇ ਅਰਦਾਸ ਕਰਕੇ ਅਚੰਬੇ ਤੇ ਨਿਭਾਈ ਮਰਨ ਵਰਤ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਨਿੱਜੀ رائے ਤੋਂ ਅਗਲੇਰਾ ਪੜਾ ਲੋਕ رائے ਦਾ ਹੁੰਦਾ ਹੈ ਸੋਹਣੀ ਇਸਤਰੀ ਤੇ ਸਿਆਣਾ ਪੁਰਸ਼ ਆਪਣੇ ਬਾਰੇ ਚੰਗੀ ਲੋਕ ਰਾਏ ਉਸਾਰਨ ਦਾ ਯਤਨ ਕਰਦੇ ਹੈ ਸੰਗੀਤਕਾਰ ਅਦਾਕਾਰ ਖਿਡਾਰੀ ਵਪਾਰਕ ਘਰਾਣੇ ਵਿਦੇਸ਼ ਸੰਸਥਾਵਾਂ ਆਪਣੇ ਪੱਖ ਚ ਲੋਕ ਰਾਏ ਉਸਾਰਦੀਆਂ ਹਨ ਇਹ ਨਿੰਦਾ ਪ੍ਰਸ਼ੰਸਾ ਤੋਂ ਅਗਲੇਰਾ ਪੜਾਉ ਹੁੰਦਾ ਹੈ ਪਹਿਲਾਂ ਕਿਹਾ ਜਾਂਦਾ ਸੀ ਲੋਕ ਕੀ ਕਹਿਣਗੇ ਹੁਣ ਕਿਹਾ ਜਾਂਦਾ ਹੈ ਲੋਕ ਕੀ ਸੋਚਣਗੇ ਹੁਣ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਲੋਕ ਐਵੇਂ ਸੋਚਣ ਲੋਕਾਂ ਦੀ ਕਿਸੇ ਵਿਅਕਤੀ ਬਾਰੇ رائے ਅਕਸਰ ਡੰਗ ਟਪਾਉ ਆਰਜੀ ਤੇ ਭਰਮ ਪੁਲੇਖਿਆਂ ਵਾਲੀ ਹੁੰਦੀ ਹੈ ਜਿਹੜੀ ਬਦਲਦੀ ਰਹਿੰਦੀ ਹੈ ਹੁਣ ਸਥਿਰ ਨਿਗਰ ਤੇ ਹੰਡ ਅਨਸਾਰ ਲੋਕ ਰਾਏ ਉਸਾਰਨ ਦਾ ਯਤਨ ਕੀਤਾ ਜਾਂਦਾ ਹੈ ਨੀਵੀਆਂ ਥਾਵਾਂ ਤੋਂ ਉੱਠੇ ਲੋਕ ਆਪਣਾ ਨੀਵਾ ਪੰਛ ਪਾਉਣ ਲਈ ਚਾਲਬਾਜ਼ ਬਣ ਜਾਂਦੇ ਹੈ ਇਹ ਵਿਰੋਧ ਨਹੀਂ ਕਰਦੇ ਬੈਰ ਕਮਾਉਂਦੇ ਹੈ ਲੋਕਾਂ ਦੀ ਰਾਏ ਦੀ ਪਰਵਾਹ ਕਰਦੇ ਅਸੀਂ ਅਣ ਮੰਗੀਆਂ ਕੁਰਬਾਨੀਆਂ ਕਰਦੇ ਰਹਿੰਦੇ ਆ ਇੱਕ ਵਿਧਵਾ ਨੇ ਇਸ ਕਰਕੇ ਦੂਜਾ ਵਿਆਹ ਨਾ ਕਰਵਾਇਆ ਕਿ ਲੋਕ ਚੰਗਾ ਨਹੀਂ ਕਹਿਣਗੇ ਵਾਸਤਵ ਵਿੱਚ ਤੇਜ਼ੀ ਨਾਲ ਬਦਲ ਰਹੀ ਸਮਾਜਿਕ ਸਥਿਤੀ ਵਿੱਚ ਲੋਕਾਂ ਕੋਲ ਕਿਸੇ ਲਈ ਕੁਝ ਕਹਿਣ ਦਾ ਸਮਾਂ ਹੀ ਨਹੀਂ ਪਰ ਲੋਕ ਫਿਰ ਵੀ ਡਰਦੇ ਰਹਿੰਦੇ ਆ ਲੋਕ ਕੀ ਕਹਿਣਗੇ ਦੀ ਚਿੰਤਾ ਕਰਦੇ ਕਰਦੇ ਅਸੀਂ ਆਪਣੀ ਚਾਲ ਢਾਲ ਤੇ ਸ਼ਕੜੀ ਸ਼ਕਲ ਹੀ ਵਿਗਾੜ ਲੈਣੀ ਹਾਂ ਲੋਕਾਂ ਨੇ ਤਾਂ ਕੁਝ ਕਹਿੰਦੇ ਹੀ ਰਹਿਣਾ ਹੁੰਦਾ ਜੇ ਤੁਸੀਂ ਪੈਸਾ ਕਮਾਓਗੇ ਲੋਕ ਕਹਿਣਗੇ ਜ਼ਰੂਰ ਬੇਈਮਾਨੀ ਕੀਤੀ ਹੋਏਗੀ ਆਪਣਾ ਕਮਾਇਆ ਪੈਸਾ ਖਾਮੋਗੇ ਲੋਕ ਕਹਿਣਗੇ ਇਹ ਤਾਂ ਮੁਠੀ ਨਹੀਂ ਖੋਲਦਾ ਜੇ ਕੁਝ ਨਹੀਂ ਕਰੋ ਕਮਾਓਗੇ ਤਾਂ ਲੋਕ ਕਹਿਣਗੇ ਤਾਂ ਨਕਮਾ ਕੰਮਚੋਰ ਆਲਸੀ ਹੈ ਜੇ ਪੈਸੇ ਬਚਾਓਗੇ ਸੰਜਮ ਨਾਲ ਖਰਚਣਗੇ ਲੋਕ ਕਹਿਣਗੇ ਕੰਜੂਸ ਹੈ ਸਭ ਕੁਝ ਬਦਲ ਰਿਹਾ ਹੈ ਜੀਵਨ ਦਾ ਸ਼ਹਿਰੀਕਰਨ ਤੇ ਰਿਸ਼ਤਿਆਂ ਦਾ ਅੰਤਰਰਾਸ਼ਟਰੀਕਰਨ ਤੇ ਗਿਆਨ ਦਾ ਵਿਸ਼ਵੀਕਰਨ ਵਾਪਰ ਰਿਹਾ ਹੈ ਹੁਣ ਵੇਖਿਆ ਸਮਝਿਆ ਤਾਂ ਸਭ ਕੁਝ ਜਾਂਦਾ ਹੈ ਪਰ ਕੁਝ ਕਹਿਣ ਦੀ ਪ੍ਰਵਿਰਤੀ ਘਟਦੀ ਜਾ ਰਹੀ ਹੈ ਹੁਣ ਹਰ ਕਿਸੇ ਦਾ ਯਤਨ ਲੋਕਾਂ ਦੀ ਵਾਹਵਾ ਕਮਾਉਣ ਤੇ ਕੇਂਦਰਤ ਹੈ ਹੁਣ ਸਭ ਕੁਝ ਵੱਡੇ ਪੈਮਾਨੇ ਤੇ ਕਰਕੇ ਯਤਨ ਕੀਤਾ ਜਾ ਰਿਹਾ ਹੈ ਕਿ ਲੋਕ ਕੁਝ ਕਹਿਣ ਹੁਣ ਹੋਰਾਂ ਵੱਲ ਧਿਆਨ ਦੇਣ ਦੀ ਥਾਂ ਉਹਨਾਂ ਦਾ ਧਿਆਨ ਖਿੱਚਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਨਿਰੰਤਰ ਵੱਧ ਰਹੀਆਂ ਇਸ਼ਤਿਆਰबाजीयां ਨਿਰੰਤਰ ਵੱਧ ਰਹੀ ਇਸ਼ਤਿਆਰਬਾਜ਼ੀ ਲੋਕਾਂ ਨੂੰ ਸੋਚਣ ਹੀ ਨਹੀਂ ਦੇ ਰਹੀ ਤੇ ਲੋਕ ਕਟਪੁਤਲੀਆਂ ਵਾਂਗ ਵਿਹਾਰ ਕਰ ਰਹੇ ਹਨ ਵਿਅਕਤੀਵਾਦ ਫੈਲ ਰਿਹਾ ਹੈ ਹਰ ਕੋਈ ਆਪਣੀ ਰਫਤਾਰ ਆਪਣੇ ਢੰਗ ਆਪਣੀਆਂ ਤਰਜੀਹਾਂ ਅਨੁਸਾਰ ਜਿਉਣਾ ਚਾਹੁੰਦਾ ਹੈ ਕੁਝ ਕਹਿਣ ਤੇ ਸੁਣਨ ਦੀ ਥਾਂ ਕੁਝ ਵੇਖਣ ਤੇ ਵਿਖਾਉਣ ਦਾ ਰੁਝਾਨ ਵਧ ਰਿਹਾ ਹੈ ਜਿਨ੍ਹਾਂ ਚਿਰ ਸੋਚਦੇ ਰਹੋਗੇ ਲੋਕ ਕੀ ਕਹਿਣਗੇ ਰੁਕੇ ਰਹੋਗੇ ਆਪਣਾ ਨਿਸ਼ਾਨਾ ਮਿੱਥੋ ਆਪਣੇ ਆਪ ਬਾਰੇ ਸਾਰੂ ਰਾਏ ਸਾਰੂ ਛੋਟੇ ਧਾਰਿਆਂ ਚੋਂ ਬਾਹਰ ਨਿਕਲੋ ਭੀੜ ਤੋਂ ਵੱਖਰੇ ਹੋਵੋ ਵਿਸ਼ੇ ਪੱਧਰ ਤੇ ਸੋਚੋ ਤੇ ਵਿਸ਼ੇ ਪੱਧਰ ਦਾ ਕੁਝ ਨਵੇਕਲਾ ਕਰੋ ਕਾਫਲਾ ਰੁਕਣਾ ਨਹੀਂ ਚਾਹੀਦਾ ਧੰਨਵਾਦ